ਆਪਣੇ ਨਾਲ ਵੀ ਆ ਗਿਆ ਆਪਣੇ ਨਾਲ ਦੇ ਸਾਰੇ ਮਿੱਤਰੀ ਆ ਸੀਗਾ ਆਪਣੇ ਭਰਾ ਮਿਲੇ ਆ ਸੋਨੂ ਘਰੂ ਤੇ ਜੌਨਸਨ ਘਰੂ ਤਾਂ ਵੀਰੇ ਚੰਡੋਲ ਤੋਂ ਆ ਕੇ ਤੇ ਨਾਲੇ ਚੰਡੋਲ ਤੋਂ ਆਏ ਆ ਔਰ ਗੋਲ ਗੱਪੇ ਖਾਣ ਦੀ ਬਣਾਈ ਨੇ ਪਲੈਨਿੰਗ ਤਾਂ ਇੱਥੇ ਵੀ ਆ ਗਏ ਹਾਂ ਇੱਥੋਂ ਹੀ ਇੱਥੋਂ ਕੀ ਲਿਆ ਵਾ ਘਿਓ ਘਿਓ ਠੀਕ ਆ ਸਪੈਸ਼ਲੀ 100 ਰੁਪਏ ਦਾ ਇਹ ਲਿਆ ਵਾ ਦੇਖਦੇ ਹਾਂ ਆਪਾਂ ਚੰਡੋਲ ਦੇ ਤਾਂ ਤੁਸੀਂ ਵੇਖ ਹੀ ਲਿਆ ਚੰਡੋਲ ਤੱਕ ਆ ਗਏ ਹੁਣ ਚੰਡੋਲ ਚੱਲਣੀ ਵੀ ਆ ਅਤੇ ਇਸ ਤੋਂ ਬਾਅਦ ਆਪਣੇ ਨਾਲ ਕੌਣ ਕੌਣ ਕਿੰਨੇ ਕਿੰਨੇ ਆਪਾਂ ਨੂੰ ਮਿਲੇ ਔਰ ਕਿੰਨਾ ਕੁ ਫਨ ਕੀਤਾ ਸਾਰਾ ਕੁਝ ਵਿਖਾਉਂਦੇ ਹਾਂ ਅੱਜ ਦੇ ਵਲੌਗ ਵਿੱਚ ਅਤੇ ਆ ਜਾਓ ਫਿਰ ਵੇਖੀ ਜਵਾਕ ਦਾ ਸਿਰਾ ਹੋ ਰਿਹਾ ਸਾਡਾ ਮਾਹੌਲ ਪੂਰਾ ਖੋਚਣਾ ਪੈਂਦਾ ਸਭ ਤੋਂ ਜ਼ਿਆਦਾ ਮਜ਼ਾ ਆ ਰਿਹਾ ਵਾਹ ਜੀ ਵਾਹ ਭਾਜੀ ਤੁਸੀਂ ਕਰੇ ਤੂੰ ਪਹਿਲਾਂ ਕਿਸੇ ਵਲੌਗ ਚ ਆਏ ਹੋ ਹਾਂਜੀ ਹਾਂਜੀ ਹਰ ਵਾਰੀ ਛੋਟਾ ਲੱਗਦਾ ਤਾਂ ਭਾਜੀ ਸਾਨੂੰ ਕੋਈ ਇਸ਼ਾਰਿਆਂ ਦੀ ਲੈਂਗੁਏਜ ਸਮਝਾ ਰਹੇ ਸੀ ਪਰ ਸਾਨੂੰ ਤਾਂ ਇਹ ਆਉਂਦੀ ਨਹੀਂ ਲੈਂਗੁਏਜ ਤੇ ਭਾਜੀ ਸਾਨੂੰ ਮਾਫ ਕਰੋ ਫਿਰ ਇਸ ਤੋਂ ਬਾਅਦ ਸਾਹਿਲ ਹੋਣੀ ਸਾਡੇ ਨਾਲ ਆ ਗਏ ਸਾਹਿਲ ਤੇ ਫਿਰ ਅਸੀਂ ਉਹਨਾਂ ਨਾਲ ਮੌਜ ਮਸਤੀ ਕੀਤੀ ਕਾਫੀ ਜ਼ਿਆਦਾ ਤੁਸੀਂ ਵੇਖ ਸਕਦੇ ਹਾਂ ਆਪਣੇ ਸੇਖ ਵਾਲੇ ਭਰਾ ਬੈਠੇ ਸਾਰੇ ਸਬਸਕ੍ਰਾਈਬ ਕਰ ਲਓ ਸਾਰੇ ਠੀਕ ਹੈ ਠੀਕ ਹੈ ਜੀ ਵਾਹ ਰੌਣਕਾਂ ਪੂਰੀਆਂ ਆ ਰਹੀਆਂ ਕੋਈ ਗੱਲ ਨਹੀਂ ਸਲਾਹ ਇਹ ਦੁੱਖ ਹੈ ਖਤਮ ਨਹੀਂ ਹੁੰਦਾ ਬੇ ਗੱਦਾਰੀ ਕਰ ਬੇ ਕੀ ਗੱਲ ਨਹੀਂ ਇਹ ਤੁਹਾਡਾ ਅੱਗੇ ਮੁੱਦਾ ਜ਼ਰੂਰ ਜਾਵੇਗਾ ਚੱਲ ਯਾਰ ਤੁਹਾਡੀ ਸੁਣੀ ਜਾਵੇਗੀ ਸੁਣਵਾਈ ਹੋਵੇਗੀ ਤੁਹਾਡੀ ਹਾਂਜੀ ਹਾਂਜੀ ਭਾਜੀ ਲਾ ਲਓ ਹਾਂਜੀ ਵਾਲੇ ਭਾਜੀ ਤੁਸੀਂ ਬੋਲੋ ਨਹੀਂ ਬਾਜੇ ਨਾ ਯਾਰ ਗੱਲ ਲੱਗ ਤੇ
ਯਾਰ ਗਾਲਾਂ ਨਾ ਕੱਢੋ ਯਾਰ, ਤੁਸੀਂ ਤਾਂ ਯਾਰ ਚਾਚੀ ਓਏ ਤੇਰਾ ਯਾਰ ਚਾਚੀ ਓਏ ਸਰੇਗਾ ਕੋਨੀ, ਸਾਰਿਆਂ ਦੀ ਬਣੇਗੀ, ਸਾਰਿਆਂ ਦੀ ਬਣੇਗੀ। ਆਜੋ ਇੱਥੇ ਤੇ ਪੈਕ ਕੈਰੀ ਬਨਾਟੀ ਵਾਲੀ ਓਏ ਕੀ ਬਾਤ ਹੈ, ਖਤਮ ਹੀ ਆ ਗਿਆ। ਓਲੇ ਹਣੇ ਕਿੱਧਰ ਜਾਣੇ ਆ, ਕਿੱਧਰ ਜਾਣੇ ਆ, ਜੜਦੇ 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 ਕਿੱਧਰ ਜਾਣੇ ਆ। ਹੈਲੋ ਗਾਇਸ, ਨਾਲ ਹੀ ਬੈਠਾਂਗੇ, ਨਾਲ ਹੀ ਬੈਠਾਂਗੇ, ਆਇਆ ਇਕੱਠੇ ਹੀ ਬੈਠਾਂਗੇ। ਹੈਗੀ ਟਿਕਟ? ਹਾਂ ਦੂਰੀ ਤੋਂ ਲੈ ਕੇ ਗੌਤਮ ਜੀ ਵੀ ਆਏ, ਉੱਤੇ ਹੀ ਪੈਸੇ ਦੇਤੇ ਉਹਨਾਂ ਨੂੰ। ਚੱਲ ਆਇਆ ਫਿਰ ਤਾਂ ਦੇਖੀ ਕਿ ਨਾਲ ਹੀ ਬੈਠ। ਨਹੀਂ ਨਹੀਂ ਭਾਜੀ, ਉਹ ਤੁਸੀਂ ਰਹਿ ਗਏ ਓਏ, ਉਹ ਨਾਲ ਦੇ ਰਹਿ ਗਏ ਫਿਰ ਫਿਰ ਰਹਿ ਗਏ ਦੁਨੀਆ। ਜਿੰਨੇ ਦੱਲੇ ਸੀ ਸਾਰੇ ਚੰਡੋਲ ਤੋਂ ਥੱਲੇ ਲਾ ਦਿੱਤੇ ਗਏ। ਕੁਛ ਵੀ ਕੁਛ ਵੀ ਕਾਲਾ ਵੀ ਜਾ ਰਿਹਾ। ਇੱਧਰ ਕੈਮਰੇ ਚ ਵੀ ਦਿਖੇ ਕਾਲਾ, ਤੈਨੂੰ ਤਾਂ ਡੈਟਾ ਵਾ, ਕੈਮਰੇ ਚ ਵੀ ਆਵੇ ਕਾਲਾ, ਓਵੇ ਓਵੇ ਉਧਰ ਵੀ ਆ ਗਏ, ਤੁਹਾਡਾ ਲੈ ਜੇ ਪਟਾ। ਧੋਨੀ 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 ਹੋਣਾ ਦਾ ਮਾਹੌਲ ਵੇਖ ਸਕਦੇ ਤੁਸੀਂ, ਖਚਾ ਖਚ ਮੇਲਾ ਭਰੀ ਜਾਂਦਾ। ਓਵੇ ਉਹ ਮਗਰ ਵੀ ਆਪਣੇ ਯਾਰ ਬੇਲੀ ਬੈਠੇ ਹੋਏ ਆ, ਦੀਪੇ ਹੋਣੀ ਸੰਧੂ ਬੰਬੂ ਕਾਟ ਵਾਲਾ ਜੀ, ਆਪਣਾ ਆਪਣੀਆਂ ਸਾਰੇ ਆਪਣੇ। ਲਓ ਬਈ ਮੈਨੂੰ ਬਹੁਤ ਵਧੀਆ ਲੱਗਾ ਯਾਰ, ਤੁਸੀਂ ਮੇਰੇ ਨਾਲ ਬੈਠੇ, ਮੈਂ ਅੱਗੇ ਉਹ ਦੋ ਬੰਦੇ ਹੀ ਧੋਨੀ ਲੋਕੇ ਆ, ਧੋਨੀ ਨਾਲ ਕੋਈ ਪ੍ਰੋਬਲਮ ਨਹੀਂ। ਪਿਛਲੀ ਵਾਰੀ ਮੇਲੇ ਤੇ ਆਪਾਂ ਜੋ ਆਵੇ ਸਾਰੇ ਤੁਸੀਂ, ਪਿਛਲੀ ਵਾਰ ਜਦੋਂ ਅਸੀਂ ਮੇਲੇ ਤੇ ਆਏ ਸੀਗੇ, ਮੈਂ ਸੀਗਾ ਤੇ ਮੇਰਾ ਭਰਾ ਏਪੀ, ਬਹੁਤ ਹੀ ਪਿਆਰਾ ਏਪੀ, ਕਿੱਦਾਂ ਦਾ ਬਹੁਤ ਨਜ਼ਾਰਾ ਲਿੱਤਾ, ਹੁਣ ਵੀ ਨਾਲ ਮੈਨੂੰ ਲੱਗ ਰਿਹਾ ਵੀ ਕਾਫੀ ਨਜ਼ਾਰੇ ਲਵਾਂਗੇ। ਪਿਛਲੀਆਂ ਵੀਡੀਓਆਂ ਥੋੜੀਆਂ ਬਹਿ ਕੇ ਤੁਹਾਨੂੰ ਕਿਵੇਂ ਨਾ ਫੀਲ ਹੋ ਰਿਹਾ? ਏਪੀ ਨਾਲ ਬਹਿ ਕੇ ਆ, ਤੂੰ ਬਹੁਤ ਹੀ ਵਧੀਆ ਲੱਗ ਰਿਹਾ। ਪੈਂਦਾ ਬਚਾਲਾ ਰੱਬਾ, ਬਚਾਲਾ ਰੱਬਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਲੇ ਦਾ ਵਿਊ, ਬੁਖਾਰਾ ਵਿਊ, ਮੇਰੀ ਲੱਤ ਤੋੜੀ ਹੈ ਨਾ, ਮੇਰੀ ਲੱਤ ਤੇ ਬੈਠਾ ਹੈ, ਮੇਰੀ ਲੱਤ ਨੂੰ, ਸਾਹਿਲ ਦੀ ਲੱਤ ਕਿਹਦੇ ਥੱਲੇ, ਮੇਰੇ ਥੱਲੇ, ਸਾਹਿਲ ਦੀ ਲੱਤ ਚੱਕੋ, ਕਿਹਦੇ ਥੱਲੇ, ਮੇਰੇ ਥੱਲੇ, ਬੇਬੀ ਥੱਲੇ, ਮੰਮੀ ਕਿੱਥੇ ਗਈ, ਸਾਡੀ ਮੰਮੀ ਗਵਾਚ ਗਈ ਆ, ਮੰਮੀ ਦੇਖ ਲਓ, ਮੰਮੀ ਗਵਾਚ ਗਈ, ਪਾਪੀ ਲੱਭ ਗਈ, ਪਾਪੀ ਮਿਲ ਗਈ ਆ, ਮੰਮੀ ਗਵਾਚ ਗਈ ਆ, ਉਹ ਕਹਿੰਦੇ ਮੰਮੀ ਗਵਾਚੀ ਪਾਪੀ ਲੱਭ ਗਈ, ਪਾਪੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਮੈਨੂੰ ਐ ਲੱਗ ਰਹੀ ਸਾਨੂੰ ਤਰਨ ਦੀ ਵਾਰੀ ਆ ਚੁੱਕੀ ਹੈ। ਕਲਿਆਣ ਸਾਹਿਬ ਉਹ ਬੁਲਾ ਰਹੇ ਹੈ ਜੀ ਆਪਣੇ ਰਿਸ਼ਤੇਦਾਰੀ ਚੋਂ? ਨਹੀਂ ਨਹੀਂ, ਰਿਸ਼ਤੇਦਾਰੀ ਚੋਂ ਨਹੀਂ ਗਏ, ਬਸ ਬਣਾ ਲੈਂਦੇ ਆ, ਬਹੁਤ ਵਧੀਆ ਇੱਕ ਵਿਊ ਆ ਰਿਹਾ, ਉਹ ਦੇਖੋ, ਉਹ ਵੇਖੋ, ਇਹ ਮੈਂ ਵਿਖਾ ਚੁੱਕਾ ਵੀ ਉਧਰ ਤਾਂ ਬਾਹਰ ਆ ਰਹਾ, ਦੇਖ ਸਕਦੇ, ਵਾਹ ਜੀ ਵਾਹ, ਕਿਆ ਬਾਤ ਹੈ,
ਸਿਰਾ ਲੱਗਾ ਪਿਆ ਜੀ, ਸਿਰਾ ਲੱਗਾ ਆਪਣੇ ਲਾਡੀ ਦੇ ਨਾਲ ਭਰੀ ਥੱਲੇ ਖੜੇ, ਜਿਹੜੇ ਡਰਦੇ ਮਾਰੇ ਚੰਡੋਲ ਤੇ ਹੀ ਨਹੀਂ ਚੜੇ। ਦੇਖੋ ਦੋਵੇਂ ਵਿਆਹੇ, ਦੋਵੇਂ ਵਿਆਹੇ ਮਾਰੇ ਕਬੀਲਦਾਰ ਬੰਦੇ ਥੱਲੇ ਖੜੇ ਆ। ਆਪਣੇ ਦੇਖੋ ਲਾਡੀ ਭਰਾ ਤੇ ਨਾਨਕ ਭਰਾ ਖੜੇ ਥੱਲੇ, ਦੋਵੇਂ ਕਬੀਲਦਾਰ ਬੰਦੇ ਚੰਡੋਲ ਤੇ ਨਹੀਂ ਚੜੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੇਬੀ ਕਹਿ ਕੁਛ ਯਾਰ, ਤਾਰਨਗੇ ਕਿਵੇਂ ਲੈ, ਐਵੇਂ ਤਾਰਨਗੇ ਆ ਕੁੜੀ ਦਾ ਬੋਧਾ ਪਾ। ਚੰਡੋਲ ਇਤਨਾ ਧੀਰੇ ਕਿਉਂ ਚੱਲ ਰਹੀ ਹੈ? ਕਿਹੜੇ ਤਾਰਾ ਪੀਣ ਵਾਲੀ? ਉਹ ਮੁੰਡਾ ਹੀ ਅਰਸ਼ ਜਿੰਨੇ ਸਾਡਾ ਘਰ ਪਾਇਆ। ਵਾਹ ਜੀ ਵਾਹ, ਇਹ ਕੈਸੇ ਹੋ ਸਕਦਾ? ਮੰਮੀ ਨੇ ਮੇਰੇ ਦਿਲ ਦੀਆਂ ਸਾਰੀਆਂ ਨਾੜੀਆਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀਆਂ ਨੇ। ਵੀਰੇ ਚੰਡੋਲ ਤੋਂ ਆ ਕੇ ਅਤੇ ਨਾਲੇ ਚੰਡੋਲ ਤੋਂ ਆਏ ਹਾਂ ਔਰ ਗੋਲ ਗੱਪੇ ਖਾਣ ਦੀ ਬਣਾਈ ਨੇ ਪਲੈਨਿੰਗ। ਅਤੇ ਲਿਆ ਹੋਰ ਲਿਆ ਉਹਦੇ ਕੋਲੋਂ, ਸਾਡਾ ਨਾਲ ਦਾ ਖਾਈ ਜਾਂਦਾ ਵਾ, ਆਹ ਸਮੋਸੇ ਖਾਈ ਜਾਂਦਾ। ਕੀ ਸਮੋਸੇ ਖਾਈ ਜਾਂਦਾ ਨਾ ਮੰਮੀ ਅਤੇ ਆਪਰਾ ਪੱਪੂ ਵੇਲ ਟੁੱਟ ਗਿਆ, ਉਹਨੂੰ ਚਮਚੋ ਲੈ ਕੇ ਦਿੰਦੇ ਤੇ ਦੇਖਦੇ ਹਾਂ ਜੇ ਕੀ ਹੋਰ ਘੁੰਮਦੇ ਹਾਂ। ਤਾਂ ਬਈ ਹੁਣ ਸਮੋਸਾ ਖਾ ਲਿਆ ਵਾ, ਸਮੋਸਾ ਮੈਂ ਤਾਂ ਨਹੀਂ ਖਾਧਾ, ਇਹਨੇ ਖਾਧਿਆ ਸਮੋਸਾ ਔਰ ਹੁਣ ਘੁੰਮਦੇ ਹਾਂ ਮੇਲਾ, ਕਹੋ ਨਾ ਕਹੋ ਵੇਖਦੇ ਕੀ ਕੀ ਘਰਦੇ ਨੂੰ ਦੇਖਦੇ ਆ ਘੁੰਮਦੇ। ਅਤੇ ਆਹ ਕਿੱਟ ਦੇ ਵਿੱਚ ਫੁੱਲੇ ਪੈ ਚੁੱਕੇ ਆ ਅਤੇ ਹੁਣ ਬਾਜ਼ਾਰ ਦੇ ਵਿੱਚ ਜਾਣ ਦੀ ਤਿਆਰੀ ਕਰੀਏ। ਹੁਣ ਮੰਮੀ ਹੋਰਾਂ ਨੂੰ ਬਾਜ਼ਾਰ ਵੇਖਦੇ ਹਾਂ ਲੈ ਕੇ ਜਾਂਦੇ ਹਾਂ। ਉੱਧਰ ਲੱਗੀਆਂ ਐਨਕਾਂ ਐਨਕਾਂ ਐਨਕਾਂ, ਇੱਧਰ ਬਾਜ਼ਾਰ 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 ਅਤੇ ਬਾਜ਼ਾਰ ਬਾਜ਼ਾਰ। ਮੇਰੇ ਵੀਰੋ ਬਾਜ਼ਾਰ ਦੇ ਵਿੱਚ ਰੌਣਕਾਂ ਪੂਰੀਆਂ ਲੱਗਣੀਆਂ ਵਾ, ਬਾਜ਼ਾਰ ਦੇ ਵਿੱਚ ਰੌਣਕਾਂ ਪੂਰੀਆਂ ਲੱਗਣੀਆਂ ਵਾ। ਲਓ ਜੀ ਇੱਧਰ ਪਰਸ ਲੱਗੇ ਆ ਅਤੇ ਇੱਧਰ ਸਾਰਾ ਕੁਝ ਜਵਾਕਾਂ ਦੇ ਖਿਡੌਣੇ ਔਰ ਕਿੱਟਾਂ ਲੱਗੀਆਂ ਵਾ ਔਰ ਇੱਧਰ ਛੱਲੇ ਲੱਗੇ ਆ। ਅਤੇ ਮਨ ਨੂੰ ਤਾਂ ਤੁਹਾਨੂੰ ਦੱਸਾਂ, ਮਨ ਨੂੰ ਜਿਦ ਕਰਦਾ ਪਿਆ ਵਾਰ ਵਾਰ ਕੋਈ ਨਾ ਕੋਈ ਚੀਜ਼ਾਂ ਆਓ ਲੈ ਦਿਓ ਆਓ ਲੈ ਦਿਓ। ਅਤੇ ਜੇ ਇਹਦੇ ਇਹਨੂੰ ਦਵਾਉਂਦੇ ਨੇ ਤਾਂ ਇਹਨੇ ਸਾਰਾ ਮੇਲਾ ਖਰੀਦ ਲੈਣਾ, ਇਹਦੇ ਤਾਂ ਵੀ ਨਹੀਂ ਗੱਲ ਭਰਨਾ ਗਾ। ਅਤੇ ਔਰ ਹੁਣ ਇੱਧਰ ਵੇਖ ਲੈਂਦੇ ਪਏ ਆ, ਲੱਗੇ ਪਏ ਆ ਇੱਧਰ ਕੀ ਪਿਆ ਵਾ, ਛੱਲੇ ਮੁੰਦੀਆਂ ਛੱਲੇ ਮੁੰਦੀਆਂ ਕੜੇ, ਅੱਛਾ ਕੜੇ ਆ ਛੱਲੇ ਆ ਮੁੰਦੀਆਂ ਵਾ ਔਰ ਕੀ ਵਾ ਘੜੀਆਂ, ਸਾਰਾ ਕੁਝ ਲੱਗਾ ਵਾ ਔਰ ਵੇਖੀ ਜਾਂਦੇ ਤਾਸ਼ ਹੈ, ਤਾਸ਼ ਮਿੰਨੀ ਤਾਸ਼ ਪਈ ਆ। ਆਹ ਪਰਸ ਵੇਖੋ ਕਿੱਡਾ ਸੋਹਣਾ ਪਿਆ ਵਾ, ਕੁੜੀਆਂ ਦਾ ਫੇਵਰੇਟ ਮਲਟੀ ਕਲਰ ਬੈਗ ਮੁੜੀਆਂ ਅਤੇ ਆਹ ਸਾਰਾ ਬੈਗ ਹੀ ਪਏ। ਅਤੇ ਆਹ ਦੇਖ ਸਕਦੇ ਤੁਸੀਂ ਕੀ ਕਹਿੰਦੇ ਇਹਨੂੰ, ਏਅਰਿੰਗਸ 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 ਔਰ
ਬਹੁਤ ਸੋਹਣੇ ਤਰ੍ਹਾਂ ਦੇ ਔਰ ਨੇਲ ਪੇਂਟਸ ਆਈ ਸ਼ੈਡ ਉਹਨੂੰ ਕੀ ਕਹਿੰਦੇ ਆ ਆਈ ਸ਼ੈਡ ਠੀਕ ਹੈ ਚਲੋ ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਜੋ ਵੀ ਕਹਿੰਦੇ ਆ ਕਹਿੰਦੇ ਲਿਪਸਟਿਕ ਲਿਪਸਟਿਕ ਅੱਛਾ ਲਿਪਸਟਿਕ ਹੋ ਗਈ ਔਰ ਕੈਟਾਂ ਵਾ ਬਾਕੀ ਵੇਖਦੇ ਇੱਦੂ ਬਾ ਮੈਨੂੰ ਤਾਰੋਂ ਨਹੀਂ ਪਤਾ ਕੀ ਕਹਿੰਦੇ ਭਰਾਵਾ ਸਾਡੀ ਨਿਗਾਹ ਪਈ ਆ ਦੇਖੋ ਮੇਰੇ ਵੀਰੋ ਸਿੱਧੀ ਹੈ ਜਿਹੜੀ ਸਿੱਧੂ ਦੇ ਘਰੋਂ ਆਈ ਹੈ ਥਾਰ ਇਹ ਸਿੱਧੂ ਮੂਸੇਵਾਲੇ ਦੀ ਥਾਰ ਹੀ ਆ ਉਹਦੀ ਮਿੰਨੀ ਕਾਪੀ ਹੈ ਔਰ ਇੱਧਰ ਭਾਂਡੇ ਪਏ ਆ ਘਰ ਦੇ ਇੱਧਰ ਚਾਰੇ ਪਾਸੇ ਮੇਲਾ ਦੇਖੀ ਜਾਂਦੇ ਆ ਤਾਂ ਬਈ ਤੁਹਾਨੂੰ ਮੈਂ ਦੱਸਿਆ ਸੀਗਾ ਮਨ ਨੂੰ ਖੇੜੇ ਪਿਆ ਵਾ ਹੁਣ ਜਦ ਪਿਆ ਵਾ ਰੋਈ ਜਾਂਦਾ ਵਾ ਹੈ ਆਵੇ ਪਿਆ ਉਹ ਖਤਮ ਹੋ ਗਿਆ ਤਾਂ ਜਿਹੜੇ ਤੂੰ ਕਹੀ ਖਤਮ ਹੋ ਗਿਆ ਤਾਂ ਲੈ ਕਿੱਥੇ ਆ ਹੈ ਹੀ ਨਹੀਂ ਉਹਦਾ ਇੱਥੇ ਹੈ ਹੀ ਨਹੀਂ ਪੁੱਤ ਖਤਮ ਹੋ ਗਏ ਵਿਕ ਗਏ ਮੂੰਹ ਵੇਖਿਓ ਮੂੰਹ ਵੇਖਿਓ ਆਹ ਤਾਂ ਨਹੀਂ ਕਿਤੇ ਆਹ ਹੈ ਇਹ ਤਾਂ ਖਤਮ ਹੋ ਗਿਆ ਇਹ ਤਾਂ ਬਾਈ ਨੇ ਵੇਚਣਾ ਹੀ ਨਹੀਂ ਗਾ ਚੱਲ ਯਾਰ ਲੈ ਦੇ ਤਾਂ ਇੱਥੇ ਵੀ ਆ ਗਏ ਆ ਇੱਥੋਂ ਹੀ ਇੱਥੋਂ ਕੀ ਲਿਆ ਵਾ ਘਿਓ ਠੀਕ ਆ ਸਪੈਸ਼ਲੀ 100 ਰੁਪਏ ਦਾ ਇਹ ਲਿਆ ਵਾ ਸਹੀ 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 ਤਾਂ ਸਹੀ ਕਹਿੰਦਾ ਪਿਆ ਸਾਰਿਆਂ ਨੇ ਕਿਆ ਪਾ ਦਿਆ ਇਹੀ ਆ ਬਾਈ ਲਓ ਜੀ ਆ ਵੇਖੋ ਇਹ ਸਬੂਤ ਆ ਇੱਕ ਆ ਵੀ ਦਵਾਤੀ ਅਸੀਂ ਕਾ ਥਾਂ ਤੇ ਆਏ ਹਾਂ ਜਿੱਥੇ ਏਅਰ ਰਿੰਗਸ ਕਾਫੀ ਸੋਹਣੇ ਆ ਔਰ ਲਈ ਜਾਂਦੇ ਹਾਂ ਆਹ ਕਿੱਦਾਂ ਵਾ ਦੱਸੋ ਮੈਨੂੰ ਕਿ ਮੰਮੀ ਨੂੰ ਇੱਕ ਆਹ ਕੀ ਹੁੰਦਾ ਸੋਰੀ ਨੇਲ ਪੇਂਟ ਤੇ ਆਹ ਵੇਖ ਲਓ ਆਹ ਛੋੜ ਦੀਆਂ ਤੁਸੀਂ ਵੇਖ ਸਕਦੇ ਆ ਇਹਨੇ ਸਾਡੀ ਡਿਮਾਂਡਾਂ ਦੱਸ ਦਿੰਦੀਆਂ ਡਿਮਾਂਡਾਂ ਨਹੀਂ ਹੁੰਦੀਆਂ ਮੁੱਕਣ ਤੇ ਨਹੀਂ ਆਉਂਦੀਆਂ ਪਈਆਂ ਜੀ ਕਿਹੜੀ ਚੀਜ਼ ਵੇਖਦਾ ਕੋਈ ਆਹ ਦਵਾ ਦੋ ਆਹ ਦਵਾ ਦੋ ਆਹ ਹੁਣ ਆਹ ਲੈ ਆਇਆ ਪਹਿਲਾਂ ਦੋ ਚਾਰ ਚੀਜ਼ਾਂ ਅੰਦਰ ਕਿੱਟ ਸਾਂਭੀਆਂ ਤੇ ਅਜੇ ਵੀ ਕਹਿੰਦਾ ਨਕਲੀ ਸਾਹਿਬ ਵੇਖੀ ਨਕਲੀ ਸਾਹਿਬ ਇੱਧਰ ਆਪਾਂ ਵੇਖਦੇ ਹੀ ਪਏ ਹਾਂ ਤੇ ਆਪਣੇ ਭਰਾ ਮਿਲੇ ਆ ਸੋਨੂੰ ਘਰੂ ਤੇ ਜੌਨਸਨ ਘਰੂ ਤੇ ਸਪੈਸ਼ਲੀ ਮੁੰਡਾ ਆਇਆ ਕਰੀਬ 70-80 ਕਿਲੋਮੀਟਰ ਤੋਂ ਗੁਰੂ ਸਾਹਿਬ ਤੋਂ ਸਪੈਸ਼ਲ ਮੇਲਾ ਤੇ ਸਪੈਸ਼ਲੀ ਜੀ ਚੰਗਾ ਬਾਈ ਮਿਲਦੇ ਬਹੁਤ ਵਧੀਆ ਬਾਜੀ ਕੀ ਹਾਲ ਬਾਈ ਆਹ ਵੀ ਆਪਣੇ ਭਰਾ ਵਾ ਠੀਕ ਆ ਬਾਈ ਆ ਰਹੇ ਆ ਜੀ ਆਪਣੇ ਚਾਚੀ ਜੀ ਆ ਗਏ ਆ ਠੀਕ ਆ ਹੈਲੋ ਗਾਇਸ ਮੇਲਾ ਕਿੱਦਾਂ ਦਾ ਲੱਗ ਰਿਹਾ ਮੇਲਾ ਚਾਚੀ ਨੇ ਰੌਣਕ ਲਾਈ ਹੋਈ ਹੈ ਜੀ ਚਾਚੀ ਨੇ ਰੌਣਕ ਲਾਈ ਆ ਮੇਲਾ ਤਾਂ ਕੌਣ ਹੀਗਾ ਰੌਣਕ ਹੀ ਚਾਚੀ ਨੇ ਲਾਈ ਆ ਤਾਂ ਸਾਰੀ ਫੈਮਿਲੀ ਆਈ ਉਹਨਾਂ ਦੇ ਨਾਲ ਹੈਲੋ ਗਾਇਸ ਨੀਚੇ ਵੀ ਫੈਮਿਲੀ ਆਈ ਸਾਰੀ ਉਹਨਾਂ ਦੇ ਨਾਲ ਤੇ ਇਹ ਵੀ ਮੇਲਾ ਘੁੰਮਦੇ ਪਏ ਅਸੀਂ ਵੀ ਤੇ ਵੇਖਦੇ ਪਏ ਨਾਲ ਦੀ ਨਾਲ ਕੀ ਨਾਮ ਵੀਰੇ ਤੁਹਾਡਾ ਮੇਰਾ ਵੀ ਤੇਜ ਤੇਜ ਕਿਆ ਬਾਤ ਹੈ ਤੇ ਤੁਸੀਂ ਕਿੱਥੋਂ ਦੇ ਵੈਸੇ ਤਰਨ ਤਾਂ ਕਿਆ ਬਾਤ ਹੈ ਆ ਬਹੁਤ ਵਧੀਆ ਇਹਨਾਂ ਕੋਲ ਏਅਰ ਰਿੰਗਸ ਵਗੈਰਾ ਸੀ ਲੈ ਤਾਂ ਲੈ ਆਉਣਾ ਤੇ ਹੁਣ ਹੋਰ ਵੀ ਦੇਖਦੇ ਹਾਂ ਹੋਰ ਵੀ ਚੀਜ਼ਾਂ ਵੇਖਦੇ ਹਾਂ ਤਾਂ ਵੀਰੇ ਸਿੱਧਾ ਉਧਰੋਂ ਆਪਾਂ ਟ੍ਰਾਂਸਫਰ ਹੋਏ ਹਾਂ ਤੇ ਸਿੱਧਾ ਆ ਗਏ ਹਾਂ ਭਾਂਡੇ ਤੇ ਬੜੇ ਤਰ੍ਹਾਂ ਦੇ ਭਾਂਡੇ ਆ ਡੱਬੇ ਆ ਛੋਟੇ ਆ ਵੱਡੇ ਆ ਹੁਣ ਇਹ ਨਹੀਂ ਮੈਨੂੰ ਪਤਾ ਕਿਹੜੇ ਆ ਆਹ ਪੈਨ ਫਰਾਈ ਪੈਨ ਨਹੀਂ ਸੋਰੀ ਕੁਝ ਹੋਰ ਹੀ ਚਾਲ ਆ ਤੇ
ਦੇਖ ਸਕਦੇ ਹੋ ਤੁਸੀਂ ਰੌਣਕਾਂ ਮੇਲਾ, ਭਾਂਡੇ ਵੀ ਲੈ ਲਈਏ, ਜੋ ਕੁਝ ਲੈਣਾ ਲੈ ਲਈਏ ਅੱਜ। ਸ਼ੇਖ ਜੀ ਦੇਖੋ ਹਜੇ ਇਹ ਤੁਸੀਂ ਵੇਖ ਸਕਦੇ ਆ ਤੇ ਵੇਖ ਸਕਦੇ ਤੁਸੀਂ। ਵਾਹ ਜੀ ਵਾਹ, ਸਾਡੇ ਹੋਰ ਭਰਾ ਵੀ ਮਿਲੇ ਆ ਤੇ ਕੀ ਹਾਲ ਨੇ? ਸ਼ਰਮਾ ਗਿਆ, ਸ਼ਰਮਾ ਗਿਆ ਲੜਕਾ, ਸ਼ਰਮਾ ਗਿਆ। ਮਾਤਾ ਜੀ ਨੇ ਬਹੁਤ ਤਗੜਾ ਲਾਇਆ, ਕੀ ਲੈ ਲਿਆ? ਆਹ ਲੈ ਲਿਆ ਵਾ, ਪੈਸੇ ਪੂਹੇ 100 ਦੇ 5 ਸੌਦੇ ਆ। ਆਪਾਂ ਤਾਂ ਵੈਸੇ ਘੱਟ ਹੀ ਲਈ ਦੀਆਂ ਚੀਜ਼ਾਂ, ਆਪਾਂ ਨੂੰ ਕੋਈ ਸ਼ੌਂਕ ਨਹੀਂ। ਸਹੀ ਦੱਸਾਂ ਮੇਲਾ ਘੁੰਮਦੇ ਘੁੰਮਦੇ ਠੰਡ ਬਹੁਤ ਲੱਗਣ ਲੱਗ ਪਈ ਆ, ਕੁਛ ਸਮਾਂ ਅੱਗ ਵੀ ਸੇਕ ਲਈਏ। ਪ੍ਰਧਾਨ ਜੀ ਆਹ ਵਾ ਹਲਵਾਈ, ਕੀ ਹਾਲ ਆ ਵੀਰੇ? ਕਿਹੜੀ ਥਾਂ ਤੋਂ ਵੀਰੇ, ਕਿਹੜੀ ਥਾਂ ਤੋਂ ਵੀਰੇ ਜੀ? ਤਾਂ ਵੀਰੇ ਪਕੌੜੇ ਗਰਮ ਹੋਣ ਲੱਗ ਪਏ ਆ, ਤਾਂ ਨਾਲ ਦੇ ਸਾਡੇ ਹੱਥਾਂ ਲੱਗ ਪਏ ਆ, ਤਾਂ ਵੇਖ ਸਕਦੇ। ਵਾਹ, ਕੁਝ ਇਹਨੂੰ ਕੀ ਕਹਿੰਦੇ ਵੈਸੇ? ਬੇਲਪੁੜੀ। ਬੇਲਪੁੜੀ, ਬੇਲਪੁੜੀ ਵੀ ਲੈ ਲਈ ਆ। ਤੇ ਕੀ ਨਾਂ ਤੁਹਾਡਾ? ਮੇਰਾ ਹਾਂ ਹਾਂ ਪ੍ਰੇਮ ਗੁਪਤਾ। ਪ੍ਰੇਮ ਗੁਪਤਾ ਜੀ, ਬਹੁਤ ਅੱਛੀ ਬੇਲਪੁਰੀ ਬਣਾਉਂਦੇ ਆ, ਔਰ ਆਲਮੋਸਟ ਇਹ ਵੀ ਬੇਲਪੁਰੀ ਇਹਨਾਂ ਨੇ 1.5 ਘੰਟੇ 'ਚ ਖਤਮ ਹੋ ਜੂਗੀ, ਹੈਨਾ? ਬਸ ਵਧੀਆ, ਤੁਹਾਡਾ ਮੇਲਾ ਵਧੀਆ ਲੰਘੇ, ਤੇ ਧੰਨਵਾਦ। ਠੀਕ ਹੈ ਜੀ, ਖਾਓ ਰੱਜ ਕੇ ਤੇ ਮੇਲੇ ਤੋਂ ਜਾਓ ਭੱਜ ਕੇ। ਤਾਂ ਹਾਂਜੀ ਹੁਣ ਆਪਾਂ ਆ ਚੁੱਕੇ ਹਾਂ ਔਰ ਆਪਣੇ ਭਰਾ ਮਿਲੇ ਆ, ਤਾਂ ਨਾਮ ਦੱਸੀ ਨਾ, ਮੇਰਾ ਨਾਂ ਗੈਰੀ ਬਾਈ। ਇਹਦਾ ਨਾਂ ਰੌਣਕ ਛੇਤਰੀ, ਚੀਨੀ ਚੀਨੀ। ਅਸਲੀ ਨਾਮ ਕਿੱਧਰ ਗਿਆ ਦੂਜਾ? ਭੱਜ ਗਿਆ ਯਾਰ, ਇੱਕ ਵਲੌਗ ਜੋ ਸ਼ੁਰੂ ਹੁੰਦਾ ਭੱਜਦੇ ਬਹੁਤ ਆ ਯਾਰ, ਇਹ ਕਾਹ ਤੋਂ ਇੰਨਾ ਘਬਰਾ ਜਾਏਗਾ ਤਾਂ ਯਾਰ। ਬਸ ਯਾਰ ਤੈਨੂੰ ਪਤਾ ਹੀ ਆ ਕਿਉਂ ਆਉਂਦੇ ਮੇਲੇ ਤੇ, ਤੇਰੀ ਜਾ ਜਿੱਧਰ ਮਰਜ਼ੀ ਮੈਨੂੰ ਕੀ ਆ। ਤੇ ਵੇਖਦੇ ਹੁਣ ਮੇਲੇ ਤੇ ਉਹੀ ਬਾਹਰ ਨੂੰ ਜਾਂਦੇ ਪਏ ਆ, ਠੀਕ ਆ, ਤੇ ਪਰ ਹਜੇ ਵੀ ਭੀੜ ਬਹੁਤ ਆ। ਆ ਮੇਲੇ ਤੋਂ ਬਾਹਰ ਨੂੰ ਜਾਂਦੇ ਪਏ ਆ ਤੇ ਆ ਖਿਡੌਣੇ ਖਿਡੂਣੇ ਲੱਗੇ ਹੋਏ ਆ। ਉਹ ਨਹੀਂ, ਉਹ ਰੀਸਾਂ ਤੇਰੀਆਂ ਕੀ ਲੈ ਲਿਆ? ਉਹ ਕੀ ਲੈ ਲਿਆ? ਉਹ ਨਹੀਂ, ਉਹ ਟਲਦਾ ਬਾਈ, ਇਹ ਸੋਨੇ ਦੀਆਂ ਮੁੰਦਰੀਆਂ ਦੀਆਂ ਛੱਲੇ, ਉਹ ਲੈ ਡਾਇਮੰਡ। ਕਿਹੜੀ ਲੈ ਯਾਰ? ਮੂੜੀ ਮੂੜੀ ਖਰਾਬ ਨਹੀਂ ਯਾਰ, ਮੂੜ ਨਾ ਖਰਾਬ ਕਰ ਆਂਟੀ, ਵਧੀਆ ਦੋ ਕੋਈ ਨੂੰ ਐਡਿਟ ਕਰਦੀ ਫੋਟੋ ਆਪਣੀ। ਚੰਗਾ ਜੀ, ਕੀ ਚਾਹੀਦਾ ਲੈ ਸਕ ਆਊ ਮਾਸਕ ਆਓ
ਓਏ ਬਸ ਹੋ ਗਿਆ ਯਾਰ, ਇੰਨਾ ਕੁਝ ਤਾਂ ਲੈ ਲਿਆ ਵਾ। ਚੰਦਰਮੁਖੀ ਹੈ ਜਿਹੜੀ ਵੀਰੇ ਪੂਤਾ। ਹੋਰ ਯਾਰ ਚੰਦਰਮੁਖੀ ਟੂ ਸਾਹਿਲ ਆ ਕਿਵੇਂ ਆਏ? ਨਹੀਂ ਬੜਾ ਪਚਾਸ ਕਾ, ਛੋਟਾ ਪਚਾਸ ਕਾ ਕਿਹੜਾ ਲੈਣਾ ਆਂਟੀ? ਜ਼ੀਰਾ ਲਾਤਾ ਤੁਸੀਂ ਤਾਂ ਪੁੱਛ ਲੈਂਦੇ ਆਂਟੀ, ਰਹਿਣ ਦੋ ਯਾਰ। ਮੰਮੀ ਦਵਾ ਦੇ, ਕਿਹੜਾ ਦਵਾਉਣਾ ਜਾ ਲੈ ਵੀ ਆਂਟੀ ਕਿੱਥੇ ਦੱਬਦੀ ਆ ਚੱਕ ਵੀਰੇ? ਨਿਸ਼ਾਨੇਬਾਜੀ ਕਰੀਏ ਸ਼ੁਰੂ ਵੇਲੋ, ਨਿਸ਼ਾਨੇਬਾਜੀ ਕਰੇਂਗੇ ਹੈਂ 50 ਰੁਪਏ ਚਾਹੇ ਦੇਖ ਸਕਦੇ ਆ। ਖੜਾਉਣਾ ਲੈ ਲਿਆ ਵਾ ਅਜੇ ਤੱਕ ਆ ਮੇਰਾ ਬਚਿਆ। ਕਿਆ ਵਾ ਕਹਿਣਾ ਚਾਹੇਗਾ? ਵੀਰੇ ਗੌਤਮ ਦੀ ਦੁਕਾਨ ਸਾਨੂੰ ਮਿਲ ਚੁੱਕੀ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ, ਤਾਂ ਤੁਸੀਂ ਵੀ ਜ਼ਰੂਰ ਆਓ, ਵਿਜ਼ਿਟ ਕਰੋ ਗੌਤਮ ਦੀ ਦੁਕਾਨ ਤੇ। ਤੁਸੀਂ ਕਹੋ ਆਓ ਬੜਾ ਕੁਝ ਆ ਹੁੰਦਾ ਜਿਹੜਾ ਲਾਸਟ ਫੇਰ ਗੇਟ ਆ, ਠੀਕ ਆ ਆ ਫੇਰ ਮੇਨ ਰੋਡ ਤੇ ਆ ਚੁੱਕੇ ਆ ਆਪਾਂ ਤੇ ਜਿੰਨਾ ਕਵਾਂ ਵੀਰੇ ਹਜੇ ਵੀ ਚਲੋ ਵਿਖਾਇਆ ਪਰ ਹਜੇ ਵੀ ਘੱਟ ਵਿਖਾ ਸਕਿਆ, ਪੂਰਾ ਨਹੀਂ ਵਿਖਾ ਸਕਿਆ ਮੇਲਾ। ਜਿੰਨਾ ਵੀ ਵੇਖਿਆ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਤਾਂ ਹਾਂਜੀ ਆਪਣਾ ਇੱਕ ਆਪਣਾ ਭਰਾ ਮਿਲਿਆ ਜਿਨ੍ਹਾਂ ਨਾਲ ਮੈਂ ਆਪਦੇ ਸਕੂਲ ਦੇ ਦਿਨ ਬਿਤਾਏ ਆ, ਔਰ ਮੇਰਾ ਭਰਾ ਰਾਹੁਲ, ਮੈਨੂੰ ਬੜੀ ਖੁਸ਼ੀ ਹੋਈ ਅੱਜ ਕਾਫੀ ਸਮੇਂ ਬਾਅਦ ਮਿਲੇ ਹਾਂ, ਔਰ ਕਹਿੰਦਾ ਵੀ ਮੈਂ ਵਲੌਗ ਵੀ ਵੇਖਦਾ, ਮੈਨੂੰ ਹੁੰਦੀ ਤਾਂ ਬਾਹਲੀ ਖੁਸ਼ੀ ਹੋਈ ਕਿਉਂਕਿ ਸਾਡੇ ਭਰਾ ਸਾਨੂੰ ਸਪੋਰਟ ਕਰਦੇ ਦਿਲੋਂ, ਬਹੁਤ ਧੰਨਵਾਦ ਆ ਬਈ ਰਾਹੁਲ। ਔਰ ਜਿਹੜੇ ਵੀ ਭਰਾ ਵਲੌਗ ਦੇਖ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਸਬਸਕ੍ਰਾਈਬ ਕਰੋ, ਗਾਂ ਵੱਧ ਤੋਂ ਵੱਧ ਸ਼ੇਅਰ ਕਰੋ ਵੀਰ ਜੀ। ਥੈਂਕ ਯੂ ਸੋ ਮਚ, ਬੜੀ ਖੁਸ਼ੀ ਹੋਈ ਸਾਨੂੰ ਤੁਸੀਂ ਸਾਡੇ ਵੱਲ ਇੰਨਾ ਸਪੋਰਟ ਕਰਦੇ ਪਏ ਹਾਂ, ਤਾਂ ਆਈ ਹੋਪ ਤੁਸੀਂ ਵੀ ਬਹੁਤ ਤਰੱਕੀਆਂ ਕਰੋ, ਰੱਬ ਦਿਨ ਦੁੱਗਣੀ ਰਾਤ ਸੁੱਗਣੀ ਤਰੱਕੀ ਦੇਵੇ ਤੁਹਾਨੂੰ। ਥੈਂਕ ਯੂ ਸੋ ਮਚ ਬਾਈ, ਔਰ ਮਿਲੇ ਹਾਂ ਬੜੀ ਖੁਸ਼ੀ, ਮੇਲਾ ਕਿੱਦਾਂ? ਬਹੁਤ ਵਧੀਆ, ਬਹੁਤ ਵਧੀਆ ਮੇਲਾ, ਬਹੁਤ ਵਧੀਆ ਲੱਗਿਆ। ਇਹ ਸਾਲ 'ਚ ਇੱਕ ਮੇਲਾ ਆਉਂਦਾ ਜਿਹੜਾ ਮੈਂ ਪੂਰੀ ਸ਼ੌਂਕ ਤਰੀਕੇ ਨਾਲ ਵੇਖਣਾ ਆਉਂਦਾ ਉਹਨਾਂ ਨੂੰ, ਕਿਉਂਕਿ ਸਾਡੇ ਇਹੀ ਮੇਲਾ ਸਭ ਤੋਂ ਜ਼ਿਆਦਾ ਭਾਰੀ ਔਰ ਸਭ ਤੋਂ ਜ਼ਿਆਦਾ ਰਸ਼ ਵਾਲਾ ਹੁੰਦਾ। ਮੈਂ ਆਪ ਖੁਦ 3-4 ਸਾਲ ਬਾਅਦ ਆਇਆ, ਮੈਂ ਕਿਹਾ ਚਲੋ ਅੱਜ ਐਤਕੀ ਚੱਲਦੇ ਹਾਂ, ਔਰ ਬੜੇ ਅੱਛੇ ਆਪਦੇ ਯਾਰ ਦੋਸਤ ਮਿਲੇ ਜਿਨ੍ਹਾਂ ਨੂੰ ਬੜੇ ਸਹਿਮ ਵਿਵਾਹ ਮਿਲਾ, ਖੁਸ਼ੀ ਹੋਈ। ਤਾਂ ਬਾਈ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਥੈਂਕ ਯੂ, ਫਿਰ ਮਿਲਦੇ ਹਾਂ, ਫਿਰ ਮਿਲਦੇ ਹਾਂ, ਥੈਂਕ ਯੂ ਜਲਦੀ। ਚੁੱਕੀ ਆ ਮੇਲੇ ਤੋਂ ਆਉਂਦੇ ਆਉਂਦੇ ਅਤੇ ਸਾਰੇ ਤੁਰੇ ਜਾਂਦੇ ਹਾਂ, ਸਾਹਿਲ ਨਹੀਂ ਉੱਧਰ ਤੁਰੇ ਜਾਂਦੇ ਆ ਅਤੇ ਅਸੀਂ ਮੈਂ ਅਤੇ ਮਾਨੂੰ ਇੱਧਰ ਤੁਰੇ ਜਾਂਦੇ ਹਾਂ ਅਤੇ ਥੱਕ ਗਏ ਪੂਰੀ ਤਰ੍ਹਾਂ ਬਾਈ, ਔਰ ਹਾਲਾਤ ਕਿਉਂਕਿ ਤੁਰ ਕੇ ਮੰਦੇ ਹਾਲ ਹੋ ਗਏ ਮੇਲੇ 'ਚ, ਕਾਫੀ ਸਮੇਂ ਬਾਅਦ ਇੰਨਾ ਜ਼ਿਆਦਾ ਉਹ ਤੁਰਨਾ। ਵੈਸੇ ਤਾਂ ਚਲੋ ਆਦਤ ਨਹੀਂ ਹੁੰਦੀ ਆ, ਪਰ ਮੈਂ ਅਤੇ ਮਾਨੂੰ ਇੱਧਰ ਤੁਰੇ ਜਾਂਦੇ ਹਾਂ ਆਪਦੇ ਵਾਲੇ ਪਾਸੇ ਅਤੇ ਮੰਮੀ ਹੋਣੀ ਅਤੇ ਸਾਰੇ ਉੱਧਰਲੇ ਪਾਸੇ ਚੱਲੇ ਜਾਂਦੇ ਆ ਅਤੇ ਦੇਖ ਸਕਦੇ
ਵੈਸੇ ਮਸਤੀ ਮਜ਼ਾਕ ਵਧੀਆ ਹੋ ਗਿਆ ਮੇਲੇ ਤੇ ਸਾਡਾ ਅੱਜ ਦਾ, ਔਰ ਜਿੰਨਾ ਕਮਾਂ ਬਈ ਓਨਾ ਓਨਾ ਹੀ ਘੱਟ ਆ। ਇੰਜੋਇਮੈਂਟ ਹੋਈ ਜਿਹੜੀ ਸਾਡੀ ਬਹੁਤ ਵਧੀਆ, ਆਲਮੋਸਟ ਘਰ ਪਹੁੰਚ ਗਿਆ ਸਵੀਟ ਹੋਮ ਬਈ। ਵਾਕਿਆ ਘਰ ਆ ਕੇ ਨਾ ਘਰੇ ਆ ਕੇ ਸਵਾਦ ਆਉਂਦਾ ਮੇਰਾ ਸਿਰ ਦੁਖਣ ਲੱਗ ਪਿਆ ਯਾਰ। ਠੰਡ ਇੱਕੋ ਵਾਰੀ ਬੜੀ ਜ਼ਿਆਦਾ ਹੋ ਗਈ ਹੁਣ ਨਾ, ਠੰਡ ਕਾਫੀ ਆ, ਸੁੱਕੀ ਠੰਡ ਆ ਹਾਈ ਹੋਏ, ਅਤੇ ਹੱਥ ਪੈਰ ਜੇ ਹੱਥ ਨੂੰ ਨਾ ਜਿਵੇਂ ਠੰਡ ਹੀ ਵੱਜਦੀ ਵਾਹਵਾ, ਅਤੇ ਸੁੰਨ ਹੋਈ ਜਾਂਦੇ ਹੱਥ, ਅਤੇ ਘਰ ਜਾ ਕੇ ਚਾਹ ਚੂ ਪੀਵਾਂਗੇ, ਸੰਤੁਸ਼ਟੀ ਨਾਲ ਰੈਸਟ ਕਰਾਂਗੇ, ਵਾਹਵਾਂਗੇ, ਵਹਾਵਾਂਗੇ ਤੁਹਾਨੂੰ ਕੀ ਲਿਆ, ਅਤੇ ਮੰਮੀ ਉਹਨਾਂ ਨੇ ਅਤੇ ਬੱਚਿਆਂ ਨੇ ਲਿਆ ਠੀਕ ਹੈ ਸਮਾਨ, ਅਤੇ ਮੈਂ ਤਾਂ ਮੈਂ ਵੈਸੇ ਨਾ ਹੀ ਆਪਣਾ ਕੋਈ ਆਦਤ ਆ ਲੈਣ ਦੀ ਸਮਾਨ, ਕਿਉਂਕਿ ਪਹਿਲਾਂ ਹੁੰਦਾ ਸੀ ਕੋਈ ਥੱਲੇ ਜਾਂ ਕੁਝ ਪਾਉਣ ਦੀ, ਪਰ ਹੁਣ ਇਕੱਲਾ ਇਹ ਹੁੰਦਾ ਵੀ ਘਰਦਿਆਂ ਨੂੰ ਮੰਮੀ ਉਹਨਾਂ ਨੂੰ ਲੈ ਕੇ ਦੇਵਾਂ ਜਾਂ ਬੱਚਿਆਂ ਨੂੰ, ਬਸ ਹੋਰ ਕੋਈ ਨਹੀਂ। ਆਪਦੇ ਵਾਸਤੇ ਤਾਂ ਘੱਟ ਹੀ ਆ ਠੀਕ ਆ, ਕੁਛ ਲੈਣ ਦੀ ਦਿਲ ਕਰਦੇ ਨੇ, ਮਨ ਨੂੰ ਹੱਥ ਨਾ ਛੱਡ ਮੇਰਾ, ਅਤੇ ਡੈਡੀ ਨੇ ਵਿਖਾਉਣਾ ਤੁਹਾਨੂੰ, ਡੈਡੀ ਨੇ ਸਾਨੂੰ ਦੇਖੀ ਆ। ਦੇਖੋ ਜੀ ਘਰ ਪਹੁੰਚ ਗਏ ਹਾਂ, ਦੇਖ ਸਕਦੇ ਹਾਂ ਖੁਸ਼ੀ, ਘਰ ਆਇਆਂ ਦੀ ਖੁਸ਼ੀ, ਘਰ ਹੁਣੇ ਆ ਕੇ ਹਾਏ ਹਾਏ ਘਰ ਆ ਕੇ ਸਾਹ ਆਉਂਦਾ ਬਾਈ। ਆ ਵੇਖ ਸਕਦੇ ਹਾਂ ਆ ਕੇ ਖੜਾ, ਆਉਂਦੇ ਪੇੜ ਮਿਲ ਗਿਆ ਵਾ, ਅਤੇ ਸਹੀ ਦੱਸਾਂ ਬਈ ਠੰਡ ਬਹੁਤ ਸੀ ਆ ਕੇ, ਹੱਥ ਵੇਖੋ ਹੱਥ ਹੋਇਆ ਆਪਣਾ ਸੁਣ, ਠੰਡ ਬਹੁਤ ਸੀ।